ਜੈ ਗੁਰਦੀਪ। ਅਸੀਂ ਅੱਜ ਖੜ੍ਹੇ ਹਾਂ ਡਾਊਨ ਟਾਊਨ ਵੈਨਕੂਵਰ ਦੇ ਵਿੱਚ, ਅਤੇ ਤੁਸੀਂ ਦੇਖ ਰਹੇ ਹੋ ਪਿੱਛੇ ਜੋ ਇੱਕ ਬਿਲਡਿੰਗ ਦਿਖਾਈ ਦੇ ਰਹੀ ਹੈ, ਇਹ ਬਿਲਡਿੰਗ ਨਹੀਂ ਹੈ ਬਲਕਿ ਸਮੁੰਦਰੀ ਜਹਾਜ਼ ਹੈ। ਔਰ ਇਸ ਜਹਾਜ਼ ਦੇ ਵਿੱਚ ਜਿਸ ਤਰ੍ਹਾਂ ਹੋਟਲ ਦੇ ਵਿੱਚ ਲੋਕਾਂ ਨੇ ਕਮਰੇ ਬੁੱਕ ਕੀਤੇ ਹੁੰਦੇ ਨੇ, ਇਸੇ ਤਰ੍ਹਾਂ ਇਹਦੇ ਵਿੱਚ ਕਈ ਕਮਰੇ ਹਨ ਜੋ ਕਿ ਲੋਕ ਬੁੱਕ ਕਰਕੇ ਅਤੇ ਇਹਦੇ ਵਿੱਚ ਸੈਰ ਸਪਾਟਾ ਕਰਦੇ ਨੇ, ਅਤੇ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਇਹਦੇ 'ਚ ਸੈਰ ਸਪਾਟਾ ਕਰਦੇ ਨੇ। ਇਹਨਾਂ ਲੋਕਾਂ ਦਾ ਇਹ ਨਹੀਂ ਕਿ ਜੋੜ ਕੇ ਅਤੇ ਰੱਖ ਛੱਡੋ, ਨਹੀਂ, ਇਹਨਾਂ ਲੋਕ ਪੈਸਾ ਜਿੱਥੇ ਕਮਾਉਂਦੇ ਆ ਉੱਥੇ ਨਾਲ ਨਾਲ ਪੈਸੇ ਨੂੰ ਇਸਤੇਮਾਲ ਵੀ ਕਰਦੇ ਆ, ਅਤੇ ਉਹਦੇ ਨਾਲ ਜੋ ਪੈਸੇ ਦਾ ਅਸਲੀ ਮਕਸਦ ਹੈ ਐਸੋ ਆਰਾਮ ਕਰਨਾ ਉਹ ਵੀ ਕਰਦੇ ਨੇ। ਜੈ ਗੁਰਦੇਵ।